सबसे पहले तो मैं आप सबको बहुत बहुत धन्यवाद देता हूँ। ये पंजाब प्रिजन डेवलपमेंट बोर्ड के साथ इंडियन ऑयल का 8वां पेट्रोल पंप है जिसका उद्घाटन हो रहा है। सितंबर 2022 में पहला पेट्रोल पंप हम लोगों ने रोपड़ में स्टार्ट किया था, और बहुत खुशी की बात यह है कि ये सरकार के द्वारा संचालित पंप है। एक नॉर्मल पेट्रोल पंप जो प्रॉफिट ओरिएंटेड होता है उसका इससे कोई लेना देना नहीं है। जो भी आमदनी हो रहा है वो प्रिजन इनमेट्स के वेलफेयर के लिए, सोसाइटी के वेलफेयर के लिए जा रहा है। इसको लोगों ने बहुत अच्छे से अडॉप्ट किया है, और मैं ये जो पिछले 6-7 पंप हम लोगों ने कमीशन किए जिसकी बिक्री चल रही है, जहाँ से बेच रहे हैं पेट्रोल हम, वहाँ पे ये देखा गया है कि नॉर्मल पेट्रोल पंप अगर 100 किलो लीटर 1,00,000 लीटर महीना बेचता है, तो उसी के साथ में लगा हुआ जेल का पेट्रोल पंप कम से कम 1,50,000 लीटर महीना बेचता है। ये इसका रेपुटेशन है, ये इसकी उपलब्धि है, सबसे पहली बात। दूसरी बात, हम लोगों ने एक पेट्रोल पंप पे कम से कम 1 से 1.5 करोड़ रुपया के आसपास लगाने में और बनाने में खर्च किया है, और इससे जो आमदनी होती है महीने की एवरेज किसी पेट्रोल पंप में ज़्यादा, जैसे हमारा जो पटियाला जेल का पेट्रोल पंप साइट है उसका सबसे ज़्यादा सेल है और वहाँ सबसे ज़्यादा आमदनी है, तो एवरेज अगर लेंगे तो 4.5 से 5 लाख रुपया महीना एक पेट्रोल पंप से आमदनी होगी, और ये 8वां पंप है उस हिसाब से समझिए 35 से 40 लाख रुपया महीना का सरकार के लिए ये इनकम का सोर्स बनेगा। और ऐसा 3 पेट्रोल पंप हमारा और है जिस पर काम चल रहा है, और हम उम्मीद करते हैं कि अगले 6 महीने में उसको भी हम शुरू कर पाएंगे। अज साढ़े MLA साहब सरदार गुरदेव सिंह देवमान जी, DGP जेल अरुणपाल जी, ते नाल साढ़े साथी अफसरां दे नाल असीं इत्थे नाभा विखे इंडियन ऑयल दे अफसरां दी सहायता दे नाल इत्थे पंप खोलिया। नाल सब जेल फाजिलका दे विच भी अज ही पेट्रोल पंप की शुरुआत की गई आ। इहदे तों पहलां 6 जेलां दे विच अगे भी पेट्रोल पंप चलदे आ, ਅਤੇ ਇਹਨਾਂ ਜੇਲ੍ਹਾਂ ਜਿਹੜੀਆਂ ਅੱਜ ਹੁਣ ਇੱਥੋਂ ਪੈਟਰੋਲ ਪੰਪ 'ਤੇ ਚਾਲੂ ਹੋਣਾ, ਹਰ ਜੇਲ੍ਹ ਤੋਂ ਘੱਟ 5 ਲੱਖ ਦਾ ਇਨਕਮ ਸੋਰਸ ਜਿਹੜੀ ਆਮਦਨ ਹੋਣੀ ਆ, ਅਤੇ ਨਾਲ ਜਿਹੜੇ ਕੈਦੀ ਆ ਜਿਨ੍ਹਾਂ ਦਾ ਚੰਗਾ ਆਚਰਣ ਹੈ, ਜਿਹੜੇ ਕੈਦੀ ਛੁੱਟੀ ਤੋਂ ਆਪਣੇ ਘਰਾਂ ਧੋ ਕੇ ਵਾਪਸ ਚੰਗੇ ਆਚਰਣ ਨਾਲ ਵਾਪਸ ਆ ਜਾਂਦੇ ਆ, ਕੋਈ ਖਰਾਬੀ ਨਹੀਂ ਕਰਦੇ, ਉਹਨਾਂ ਨੂੰ ਇਹਨਾਂ ਪੈਟਰੋਲ ਪੰਪਾਂ 'ਤੇ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ, ਉਹ ਕੈਦੀ ਨਾਲੇ ਤਾਂ ਇੱਥੋਂ ਤਨਖਾਹ ਲੈਂਦੇ ਆ ਅਤੇ ਨਾਲ ਖੁੱਲ੍ਹੇ ਆਮ ਦੁਨੀਆਦਾਰੀ ਦੇ ਵਿੱਚ ਵਿਚਰ ਸਕਦੇ ਆ। ਅਤੇ ਇਹਨੂੰ ਵੇਖ ਕੇ ਜਿਹੜੇ ਦੂਜੇ ਕੈਦੀ ਆ ਜਿਹੜੇ ਗਲਤੀਆਂ ਕਰਦੇ ਆ ਉਹਨਾਂ ਨੂੰ ਵੀ ਸੇਧ ਮਿਲਦੀ ਵੀ ਜੇ ਅਸੀਂ ਆਚਰਣ ਚੰਗਾ ਰੱਖੀਏ ਤਾਂ ਅਸੀਂ ਵੀ ਪੈਟਰੋਲ ਪੰਪਾਂ 'ਤੇ, ਬੇਕਰੀਆਂ 'ਤੇ, ਜਾਂ ਕੋਈ ਕੱਪੜੇ ਸਿਉਣ 'ਤੇ, ਜਾਂ ਕੋਈ ਫਰਨੀਚਰ ਦਾ ਕੰਮ ਕਰਨ 'ਤੇ ਅਸੀਂ ਕੰਮ ਕਰਕੇ ਪੈਸੇ ਕਮਾ ਸਕਦੇ ਹਾਂ, ਅਤੇ ਨਾਲ ਸਾਡਾ ਵਧੀਆ ਟਾਈਮ ਪਾਸ ਹੋ ਸਕਦਾ। ਨਹੀਂ ਤਾਂ ਆਪਾਂ ਵੇਹਨੇ ਹਾਂ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਉਹਨਾਂ ਨੂੰ ਕੋਈ ਕੰਮ ਨਹੀਂ ਹੁੰਦਾ, ਨਾ ਤਾਂ ਉਹਨਾਂ ਨੂੰ ਦਿਨੇ ਨੀਂਦ ਆਉਂਦੀ ਆ, ਨਾ ਰਾਤ ਨੂੰ ਚੈਨ ਆਉਂਦਾ, ਸਾਰੀ ਸਾਰੀ ਰਾਤ ਉਹ ਫਿਰ ਛੱਤਾਂ ਨੂੰ ਵੇਖਦੇ ਰਹਿੰਦੇ ਆ, ਅਤੇ ਫਿਰ ਪੁੱਠੇ ਪਾਸੇ ਹੀ ਧਿਆਨ ਜਾਂਦਾ ਉਹਨਾਂ ਲੋਕਾਂ ਦਾ। ਜੇ ਕੰਮ ਕਰਨ, ਸਾਰਾ ਦਿਨ ਕੰਮ ਕਰਨ ਅਤੇ ਰਾਤ ਨੂੰ ਸੁੱਖ ਦੀ ਨੀਂਦ ਸੌਣ। ਅਸਲ 'ਚ ਸਰਕਾਰ ਦਾ ਕੰਮ ਇਹ ਹੁੰਦਾ ਕਿ ਜਿਹੜੇ ਕੈਦੀ ਨੇ ਉਹ ਇਹਨਾਂ ਜੇਲ੍ਹਾਂ ਨਹੀਂ, ਮੈਂ ਕਹੂੰਗਾ ਸੁਧਾਰ ਘਰਾਂ ਦੇ ਵਿੱਚ ਆ ਕੇ ਸੁਧਰ ਕੇ ਵਾਪਸ ਆਪਦੇ ਪਰਿਵਾਰਾਂ ਦੇ ਵਿੱਚ ਜਾ ਕੇ ਕਮਾਈ ਕਰਨ, ਆਪਦੇ ਬੱਚਿਆਂ ਨੂੰ ਪੜ੍ਹਾਉਣ, ਆਪਦੇ ਬੱਚਿਆਂ ਨੂੰ ਨੌਕਰੀਆਂ 'ਤੇ ਲਵਾਉਣ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮੇਨ ਸੋਚ ਹੀ ਆ ਕਿ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਅਤੇ ਜਿਹੜਾ ਇਹ ਉਪਰਾਲਾ ਹੋਇਆ ਵਾ, ਇਹ ਉਪਰਾਲਾ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਹੋਇਆ ਕਿ ਜਿਹੜੇ ਆ ਨਵੇਂ 2 ਪੈਟਰੋਲ ਪੰਪ ਹੋਰ, ਨਾਲੇ ਤਾਂ ਸ਼ਹਿਰ ਵਾਲਿਆਂ ਨੂੰ ਵਧੀਆ ਤੇਲ, ਸ਼ੁੱਧ ਤੇਲ, ਕਿਉਂਕਿ ਸਰਕਾਰੀ ਪੈਟਰੋਲ ਪੰਪ ਆ। ਇੱਥੋਂ ਅਸੀਂ ਉਧਾਰ ਤਾਂ ਨਹੀਂ ਦਿੰਦੇ ਕਿਸੇ ਦੁਕਾਨਦਾਰ ਨੂੰ ਜਾਂ ਕਿਸੇ ਕੰਪਨੀ ਨੂੰ, ਪਰ ਇੱਥੋਂ ਤੇਲ ਜਿਹੜਾ ਡੀਜ਼ਲ ਪੈਟਰੋਲ ਉਹ ਵੱਧ ਮਾਤਰਾ 'ਚ ਵਿਕਣਾ, ਕਿਉਂਕਿ ਇਹ ਸਰਕਾਰੀ ਪੈਟਰੋਲ ਪੰਪ ਆ। ਲੋਕਾਂ ਨੂੰ ਵੀ ਪਤਾ ਵੀ ਇੱਥੇ ਕੋਈ ਮਿਲਾਵਟ ਨਹੀਂ, ਕੋਈ ਇੱਥੇ ਮਿੰਟੀ ਘੱਟ ਨਹੀਂ ਮਿਲਣੀ, ਇੱਥੇ ਪੂਰਾ ਪੂਰਾ ਤੇਲ ਮਿਲਣਾ, ਅਤੇ ਲੋਕ ਇਹਨਾਂ ਪੈਟਰੋਲ ਪੰਪਾਂ ਦੀ ਜਿਹੜੀ
ਮੇਨ ਸਹੂਲਤ ਆ ਉਹਨੂੰ ਮਾਣ ਕੇ ਖੁਸ਼ ਵੀ ਹੁੰਦੇ ਆ ਅਤੇ ਸਰਕਾਰ ਨੂੰ ਵੀ ਇੱਕ ਪੈਟਰੋਲ ਪੰਪ ਤੋਂ ਘੱਟ 5 ਲੱਖ ਰੁਪਈਆ ਇਨਕਮ ਸੋਰਸ ਹੁੰਦੀ ਉਹ ਪੈਸੇ ਕੈਦੀਆਂ ਦੇ ਭਲੇ ਲਈ ਜੇਲ੍ਹਾਂ ਦੀ ਇਮਾਰਤਾਂ ਦੀ ਦੇਖਭਾਲ ਕਰ ਲਈ ਅਤੇ ਹੋਰ ਕੰਮਾਂ ਲਈ ਉਹ ਪੈਸੇ ਵਰਤਦੇ ਜੇਲ੍ਹਾਂ 'ਚ ਕਿੰਨੇ ਕੁ ਖੋਲ੍ਹੇ ਜਾਣਗੇ ਆਲ ਓਵਰ ਪੰਜਾਬ 'ਚ ਅੱਗੇ 6 ਅੱਗੇ 2 ਇਹ ਖੁੱਲ੍ਹ ਗਿਆ ਸਬ ਜੇਲ੍ਹ ਫਾਜ਼ਿਲਕਾ ਅਤੇ ਨਾਭਾ ਜੇਲ੍ਹ 8 ਹੋ ਗਿਆ ਆਉਣ ਵਾਲੇ ਸਮੇਂ 'ਚ ਆਪਣੀਆਂ 26 ਦੇ ਕਰੀਬ ਜੇਲ੍ਹਾਂ ਨੇ ਸਾਰੀਆਂ ਜੇਲ੍ਹਾਂ 'ਚ ਪੈਟਰੋਲ ਪੰਪ ਖੋਲ੍ਹੇ ਜਾਣਗੇ ਤਾਂ ਜੋ ਜਿਹੜੇ ਇਲਾਕੇ ਦੇ ਲੋਕ ਆ ਉਹਨਾਂ ਨੂੰ ਚੰਗੀ ਕੁਆਲਿਟੀ ਦਾ ਵਧੀਆ ਕੁਆਲਿਟੀ ਦਾ ਅਤੇ ਪੂਰੀ ਮਿੰਟੀ ਦਾ ਤੇਲ ਮਿਲੇ ਅਤੇ ਨਾਲ ਜਿਹੜੇ ਸਾਡੇ ਚੰਗੇ ਯਾਤਰੀਆਂ ਵਾਲੇ ਕੈਦੀ ਉਹਨਾਂ ਨੂੰ ਕੰਮਕਾਰ ਮਿਲੇ ਉਹ ਲੋਕਾਂ ਦੇ ਵਿੱਚ ਆਪ ਵਿਚਰ ਸਕਣ ਅਤੇ ਗਾਂਹ ਸੁਧਰ ਕੇ ਆਪਦੇ ਪਰਿਵਾਰਾਂ ਦੇ ਵਿੱਚ ਮੁੱਖ ਧਾਰਾ ਦੇ ਵਿੱਚ ਆ ਕੇ ਸਰਕਾਰ ਦੀ ਆਪਦੇ ਪਰਿਵਾਰਾਂ ਦੇ ਵਿੱਚ ਰਹਿਣ। ਜੇਲ੍ਹਾਂ ਦੇ ਵਿੱਚ ਜਿਹੜੇ ਗੈਂਗਸਟਰ ਨੇ ਲਗਾਤਾਰ ਧਮਕੀਆਂ ਦੇ ਰਹੇ ਨੇ ਇਹਦੇ ਲਈ ਤੁਸੀਂ ਕੀ ਉਪਰਾਲਾ ਕਰ ਰਹੇ ਹੋ? ਦੇਖੋ ਸਾਡੇ ਜਿਹੜੀ ਬਠਿੰਡਾ ਜੇਲ੍ਹ ਆ ਕਪੂਰਥਲਾ ਅਤੇ ਅੰਮ੍ਰਿਤਸਰ ਜੇਲ੍ਹ ਆ ਇਹਨਾਂ 'ਚ ਵਧੀਆ ਕੁਆਲਿਟੀ ਦੇ ਜ਼ੈਮਰ ਲੱਗੇ ਆ ਜਿਹੜੇ ਗੈਂਗਸਟਰ ਖਤਰਨਾਕ ਨੇ ਉਹਨਾਂ ਨੂੰ ਇਹਨਾਂ ਜੇਲ੍ਹਾਂ 'ਚ ਸ਼ਿਫਟ ਕੀਤਾ ਜਾ ਰਿਹਾ ਆਉਣ ਵਾਲੇ ਸਮੇਂ 'ਚ ਅਸੀਂ ਸਾਰੀਆਂ ਜੇਲ੍ਹਾਂ 'ਚ ਜ਼ੈਮਰ ਲਾਵਾਂਗੇ। ਥੋੜ੍ਹੀ ਜਿਹੀ ਪਰੇਸ਼ਾਨੀ ਆਉਂਦੀ ਆ ਕਈ ਜੇਲ੍ਹਾਂ ਦੇ ਲਾਗੇ ਲੋਕਾਂ ਨੇ ਰਹਿਸ਼ ਕੀਤੀ ਆ ਉਹ ਜਦੋਂ ਉੱਥੇ ਜ਼ੈਮਰ ਲੱਗਦੇ ਆ ਉਹ ਲੋਕ ਫਿਰ ਧਰਨੇ ਲਾਉਂਦੇ ਆ ਉਹ ਜ਼ੈਮਰ ਦੀ ਰੇਂਜ ਘਟਾਉਣ ਨੂੰ ਕਹਿੰਦੇ ਆ ਉਦੋਂ ਫਿਰ ਉਹ ਫੋਨ ਚੱਲਦੇ ਆ। ਗਾਂ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਮਨਜ਼ੂਰੀ ਲੈ ਕੇ ਮੁੱਖ ਮੰਤਰੀ ਸਾਹਿਬ ਤੋਂ ਰੂਲ ਬਣਾਵਾਂਗੇ ਕਿ ਜਿਹੜੀਆਂ ਜੇਲ੍ਹਾਂ ਖੁੱਲ੍ਹੇ ਜਗ੍ਹਾ 'ਤੇ ਬਣਦੀਆਂ ਘੱਟ ਤੋਂ ਘੱਟ 1 ਕਿਲੋਮੀਟਰ ਏਰੀਏ ਦੇ ਵਿੱਚ ਰਹਿਸ਼ ਨਾ ਹੋ ਸਕੇ ਘਰ ਨਾ ਬਣ ਤਾਂ ਜੋ ਜ਼ੈਮਰ ਲਾ ਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਫੋਨ ਕਾਲ ਬਾਹਰ ਜਾਂਦੀ ਉਹ ਨਾ ਜਾਵੇ ਅਤੇ ਲੋਕਾਂ ਨੂੰ ਜਿਹੜਾ ਸਹਿਮ ਦਾ ਮਾਹੌਲ ਹੈ ਉਹ ਤੋਂ ਨਜਾਤ ਮਿਲ ਸਕੇ। ਜੇਲ੍ਹਾਂ ਦੀ ਕਮੀ ਬਹੁਤ ਰਹੀ ਜੇਲ੍ਹਾਂ ਦੀ ਕਮੀਆਂ ਬਹੁਤ ਨੇ ਜਿਸ ਤਰ੍ਹਾਂ ਮੈਕਸੀਮਮ ਸਕਿਉਰਟੀ ਜੇਲ੍ਹ ਬੰਦ ਆ ਕਈ ਖਤਰਨਾਕ ਕੈਦੀ ਉੱਥੇ ਬੰਦ ਸੀ ਕਦੋਂ ਤੱਕ ਇਹ ਜੇਲ੍ਹ ਚੱਲੇਗੀ ਹੋਰ ਨਵੀਆਂ ਜੇਲ੍ਹਾਂ ਕਦੋਂ ਪੰਜਾਬ ਨੂੰ ਮਿਲਣ? ਇਹ ਜੇਲ੍ਹ ਜਿਹੜੀ ਆ ਉਹ ਛੇਤੀ ਬਣ ਕੇ ਤਿਆਰ ਹੋਊਗੀ ਜਿਹੜੀ ਨਾਭੇ ਵਾਲੀ ਜੇਲ੍ਹ ਇਹ ਰਿਪੇਅਰ ਹੁੰਦੀ ਪਈ ਆ ਇਹ ਛੇਤੀ ਬਣ ਕੇ ਤਿਆਰ ਹੋਊਗੀ। ਬਾਕੀ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਜਗਰਾਉਂ ਦੇ ਲਾਗੇ ਲੁਧਿਆਣੇ ਜ਼ਿਲ੍ਹੇ 'ਚ ਹਾਈ ਪ੍ਰੋਫਾਈਲ ਸਿਕਿਉਰਿਟੀ ਜੇਲ੍ਹ ਬਣਦੀ ਪਈ ਆ ਉਹ 'ਚ ਵੀ 300 ਜਿਹੜਾ ਖਤਰਨਾਕ ਕੈਦੀ ਜਾਂ ਗੈਂਗਸਟਰ ਨੇ ਉਹਨਾਂ ਨੂੰ ਰੱਖਣ ਲਈ ਉਹ ਬਣਦੀ ਪਈ ਉਹ ਵੀ ਜਲਦ ਬਣ ਕੇ ਤਿਆਰ ਹੋਊਗੀ। ਆਉਣ ਵਾਲੇ ਸਮੇਂ 'ਚ ਜੇ ਹੋਰ ਵੀ ਜ਼ਰੂਰਤ ਹੋਊਗੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੋਂ ਮਨਜ਼ੂਰੀ ਲੈ ਕੇ ਜਲਦੀ ਹੋਰ ਵੀ ਜੇ ਕੋਈ ਜੇਲ੍ਹ ਬਣਾਉਣੀ ਪਈ ਉਹ ਵੀ ਬਣਾਵਾਂਗੇ। ਨਫਰੀ ਦੀ ਬੜੀ ਕਮੀ ਆ ਸਰ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਨਫਰੀ ਅਸੀਂ ਪੂਰੀ ਕਰ ਰਹੇ ਹਾਂ ਜਿਵੇਂ ਪਿਛਲੇ ਹਫ਼ਤੇ ਹੀ ਅਸੀਂ ਕਪੂਰਥਲਾ ਜਿਹੜਾ ਸਾਡਾ ਟ੍ਰੇਨਿੰਗ ਸਕੂਲ ਆ 189 ਦੇ ਕਰੀਬ ਅਸੀਂ ਉੱਥੇ ਮੁਲਾਜ਼ਮ ਭਰਤੀ ਕੀਤੇ ਆ ਅਤੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ। ਅੱਜ ਪਟਿਆਲਾ ਟ੍ਰੇਨਿੰਗ ਸਕੂਲ ਦੇ ਵਿੱਚ ਅੱਜ ਵੀ ਭਰਤੀ ਕੀਤੇ ਮੁਲਾਜ਼ਮਾਂ ਨੂੰ 136 ਦੇ ਕਰੀਬ ਮੁਲਾਜ਼ਮ ਭਰਤੀ ਕੀਤੇ ਗਏ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਆ। ਡੀ ਜੀ ਸਾਹਿਬ ਨੂੰ ਮੈਂ ਰਿਕੁਐਸਟ ਕੀਤੀ ਆ ਕਿ ਜਿੰਨੇ ਆਪਣੇ ਨਫਰੀ ਘੱਟ ਆ ਮੁਲਾਜ਼ਮ ਘੱਟ ਨੇ ਤੁਸੀਂ ਪ੍ਰਪੋਜ਼ਲ ਬਣਾ ਕੇ ਭੇਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਆਪਾਂ ਮਨਜ਼ੂਰੀ ਲੈ ਕੇ ਸਾਰੀ ਨਫਰੀ ਪੂਰੀ ਕਰੀਏ ਤਾਂ ਜੋ ਜੇਲ੍ਹਾਂ ਦੇ ਵਿੱਚ ਕੋਈ ਜੇ ਅਣਸਖਾਵੀਂ ਘਟਨਾ ਹੁੰਦੀ ਆ ਉਹ ਨਾ ਹੋਵੇ। ਕੈਦੀਆਂ ਦੀ ਜਿਹੜੀ ਜ਼ਿੰਦਗੀ ਆ ਉਹ ਵੀ ਆਪਣੇ ਹੱਥ ਦੇ ਵਿੱਚ ਆ ਆਪਾਂ ਉਹਨਾਂ ਦੀ ਸੁਰੱਖਿਆ ਜਿਹੜੀ ਆ ਕਰਨੀ ਆ ਕਿਉਂਕਿ ਕੋਈ ਕੈਦੀ ਇਹ ਨਹੀਂ ਵੀ ਮਾਂ ਦੇ ਢਿੱਡ 'ਚੋਂ ਕੋਈ ਗੈਂਗਸਟਰ ਜਾਂ ਸਮਗਲਰ ਪੈਦਾ ਹੁੰਦਾ। ਸਮੇਂ ਦੀਆਂ ਪੁਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਸਰਕਾਰਾਂ ਨੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਪੁੱਠੇ ਰਸਤੇ 'ਤੇ ਪਾ ਤਾ ਅਤੇ ਉਹਨਾਂ ਨੂੰ ਮੁੜ ਕੇ ਗੈਂਗਸਟਰ ਬਣਾ ਤਾ। ਅਸੀਂ ਚਾਹੁੰਦੇ ਹਾਂ ਕਿ ਉਹ ਗੈਂਗਸਟਰ ਵੀ ਸੁਧਰ ਕੇ ਆਪਦੇ ਘਰਾਂ 'ਚ ਜਾਣ, ਸਮਗਲਰ ਵੀ ਸੁਧਰ ਕੇ ਆਪਦੇ ਘਰਾਂ ਜਾਣ ਅਤੇ ਆਪਦੇ ਪਰਿਵਾਰਾਂ ਨੂੰ ਪਾਲਣ, ਆਪਦੇ ਬੱਚਿਆਂ ਨੂੰ ਪਾਲਣ ਅਤੇ ਆਪਦੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਚੰਗੀਆਂ ਨੌਕਰੀਆਂ 'ਤੇ ਲਵਾਉਣ। ਨਸ਼ਾ ਜਿਹੜਾ ਜੇਲ੍ਹਾਂ 'ਚੋਂ ਮਿਲਣਾ ਬੰਦ ਨਹੀਂ ਹੋ ਰਿਹਾ, ਗੈਰ ਕਾਨੂੰਨੀ ਸਮਾਨ, ਮੋਬਾਈਲ, ਚਾਰਜਰ, ਇਹਦੇ ਪਿੱਛੇ ਕੀ ਕਾਰਨ ਹੈ? ਵੇਖੋ ਕਈ ਗੱਲ ਹੋ ਗਈ, ਕਈ ਜੇਲ੍ਹਾਂ ਆ ਉਹ
ਜਿਹੜੀਆਂ ਬੈਰਕਾਂ ਬਣੀਆਂ ਬਿਲਕੁਲ ਸੜਕਾਂ ਦੇ ਨਾਲ, ਜਿਹੜੀ ਸਾਡੀ ਦੀਵਾਰ ਆ ਉਹਦੇ ਨਾਲ ਬੈਰਕਾਂ ਬਣੀਆਂ। ਬਾਹਰੋਂ ਫੇਂਕੇ ਵੀ ਹੁੰਦੇ ਆ, ਜਦੋਂ ਫੇਂਕਾ ਹੁੰਦਾ ਉਹ ਸਿੱਧਾ ਬੈਰਕ ਦੇ ਵਿਹੜੇ ਦੇ ਵਿੱਚ ਡਿੱਗਦਾ। ਹੁਣ ਅਸੀਂ ਜਿਹੜੀਆਂ ਗਾਂਹ ਜੇਲਾਂ ਬਣਾਵਾਂਗੇ ਉਹ ਅਸੀਂ ਦੀਵਾਰ ਦੇ ਨਾਲ ਘੱਟੋ ਘੱਟ 2-3 ਏਕੜ ਖਾਲੀ ਜਗ੍ਹਾ ਛੱਡ ਕੇ ਵਿਚਕਾਰ ਬਣਾਵਾਂਗੇ। ਅੱਗੇ ਪੁਰਾਣੇ ਸਰਕਾਰਾਂ ਦੇ ਵੇਲੇ ਜਿਹੜੀਆਂ ਜੇਲਾਂ ਬਣੀਆਂ ਉਹ ਬੈਰਕਾਂ ਬਿਲਕੁਲ ਜਿਹੜੀ ਰੋਡ ਨਾਲ ਲੰਘਦੀ ਉਹਦੇ ਨਾਲ ਬਣੀਆਂ ਅਤੇ ਵਿਚਕਾਰੋਂ ਖਾਲੀ ਜਗ੍ਹਾ ਛੱਡੀ ਆ। ਆਉਣ ਵਾਲੇ ਸਮੇਂ 'ਚ ਇਹਦੀ ਵੀ ਕੋਈ ਨਾ ਕੋਈ ਅਸੀਂ ਉੱਚੀ ਦੀਵਾਰ ਕਰਕੇ ਜਾਂ ਉੱਥੇ ਕੈਮਰੇ ਵੀ ਲਗਾਏ ਗਏ ਆ, ਕੈਮਰੇ ਲਗਾਉਣ ਨਾਲ ਫੈਂਕੇ ਜਿਹੜੇ ਉਹ ਬਹੁਤ ਘੱਟ ਹੁੰਦੇ ਪਏ ਆ। ਬਾਕੀ ਜੇ ਕੋਈ ਦੋਸ਼ੀ ਕਰਮਚਾਰੀ 100 'ਚੋਂ 1-2 ਜਿਹੜੇ ਅਫਸਰ ਮੁਲਾਜ਼ਮ ਹੁੰਦੇ ਆ ਉਹ ਵੀ ਕਈ ਵਾਰ ਗਲਤ ਕੰਮ ਕਰਦੇ ਆ, ਜੇ ਕੋਈ ਦੋਸ਼ੀ ਪਾਇਆ ਜਾਂਦਾ ਉੱਤੇ ਸਖਤ ਕਾਰਵਾਈ ਹੁੰਦੀ ਆ। ਪੂਰੀ ਮੁਸਤੈਦੀ ਨਾਲ ਸਾਡੇ ਅਫਸਰ ਸਾਹਿਬਾਨ ਕੰਮ ਕਰ ਰਹੇ ਆ, ਜੇ ਕੋਈ ਗਲਤ ਕਰਦਾ ਉੱਤੇ ਬਣਦੀ ਕਾਰਵਾਈ। ਨਾਭਾ ਪਟਿਆਲਾ ਰੂਟ ਬਹੁਤ ਪ੍ਰਭਾਵਿਤ ਹੋਇਆ ਵਾ, ਇੱਥੇ ਸਟੂਡੈਂਟਸ ਦੀ ਡਿਮਾਂਡ ਆ, ਸਵੇਰੇ ਸ਼ਾਮ ਬੱਸਾਂ ਦੀ ਬੜੀ ਘਾਟ ਆ। ਐੱਮ ਐੱਲ ਏ ਸਾਹਿਬ ਨੇ ਵੀ ਕਾਫੀ ਕੋਸ਼ਿਸ਼ ਕੀਤੀ, ਕਦੋਂ ਤੱਕ ਇਹ ਸਰਵਿਸ ਪੂਰੀ ਹੋਏਗੀ? ਐੱਮ ਐੱਲ ਏ ਸਾਹਿਬ ਜਿਹੜਾ ਵੀ ਰੂਟ ਕਹਿਣਗੇ ਉਹ ਸਰਵੇ ਕਰਾ ਕੇ ਜਲਦੀ ਚਲਾਵਾਂਗੇ। ਸਰ ਜਿੱਥੇ ਆਪਾਂ ਬੈਠੇ ਹਾਂ ਮੈਕਸੀਮਮ ਸਿਕਿਉਰਿਟੀ ਜੇਲ੍ਹ ਆ, ਜਿੱਥੇ ਜੇਲ੍ਹ ਬ੍ਰੇਕ ਹੋਇਆ ਸੀ, ਅਤੇ ਹੁਣ ਇਸ ਵਿੱਚ ਜਿਹੜੇ ਹੈਗੇ ਜੇਲ੍ਹ ਤੁਸੀਂ ਬਣਾ ਰਹੇ ਹੋ, ਇਹ 'ਚ ਕੀ ਮੋਡੀਫਾਈ ਕਰ ਰਹੇ ਹੋ? ਇਸ 'ਚ ਮੋਡੀਫਾਈ ਇਹੋ ਹੀ, ਮੇਨ ਤਾਂ ਇਹੋ ਆ ਵੀ ਦੀਵਾਰਾਂ ਉੱਚੀਆਂ ਕੀਤੀਆਂ ਜਾਣ, ਜਿਹੜੀਆਂ ਬੈਰਕਾਂ ਵਾ ਉਹ ਦੀਵਾਰ ਤੋਂ ਥੋੜ੍ਹੀ ਦੂਰ ਹੋਣ, ਤਾਂ ਜੋ ਜਿਹੜੇ ਕੈਦੀ ਕੁਦੀ ਫੋਨ ਬਾਹਰੋਂ ਆਉਂਦੇ ਆ ਫੇਂਕੇ ਹੁੰਦੇ ਆ ਉਹ ਨਾ ਫੜ ਸਕਣ। ਜਦੋਂ ਫੋਨ ਨਾ ਅੰਦਰ ਚੱਲੂਗਾ ਜ਼ੈਮਰ ਲੱਗੇ ਹੋਣਗੇ ਅਤੇ ਆਪੇ ਕੋਈ ਇੱਥੋਂ ਨਾ ਕੋਈ ਜੇਲ੍ਹ ਬ੍ਰੇਕ ਹੋਊਗੀ ਨਾ ਕੋਈ ਵਾਰਦਾਤ ਹੋਊਗੀ, ਉਹ ਸਾਰੇ ਕੋਈ ਨੂੰ ਧਿਆਨ 'ਚ ਰੱਖ ਕੇ ਜੇਲ੍ਹ ਦੀ ਰਿਪੇਅਰ ਕਰ ਰਹੇ।